ਆਧੁਨਿਕਤਾ ਨੇ ਮਨੁੱਖ ਨੂੰ ਕਿਤਾਬਾਂ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਭਾਵੇਂ ਮੋਬਾਈਲ ਕ੍ਰਾਂਤੀ ਨੇ ਮਨੁੱਖ ਦੇ ਗਿਆਨ ਵਿੱਚ ਅਥਾਂ ਵਾਧਾ ਕੀਤਾ ਹੈ, ਪਰ ਕਿਤਾਬਾਂ ਦਾ ਆਪਣਾ ਵੱਖਰਾ ਹੀ ਮੁਕਾਮ ਹੈ। ਅਜੋਕੀ ਨੌਜਵਾਨ ਪੀੜ੍ਹੀ ਤਾਂ ਬਿਲਕੁਲ ਹੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਦੇ ਕੁਝ ਉੱਦਮੀ ਨੌਜਵਾਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਰਾਹੀਂ ਲੋਕਾਂ ਨੂੰ ਕਿਤਾਬਾਂ ਨਾਲ ਮੁੜ ਜੋੜਨ ਲਈ ਇੱਕ ਵੱਖਰਾ ਉਪਰਾਲਾ ਕੀਤਾ ਹੈ। ਇਹੀ ਨਹੀਂ, ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਕਰਨ ਲਈ ਪਿੰਡ ਦੀਆਂ ਵੱਖ ਵੱਖ ਥਾਵਾਂ ਉੱਤੇ ਆਕਰਸ਼ਕ ਕੰਧ ਚਿੱਤਰਨ ਬਣਾਏ ਗਏ ਹਨ, ਜੋ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਸਹਾਈ ਹੋ ਰਹੇ ਹਨ। ਬਹੁਤ ਜ਼ਿਆਦਾ ਵਧੀਆ ਹੰਗਾਰਾ ਮਿਲਿਆ ਜੀ ਸਾਨੂੰ। ਬਹੁਤ ਸਾਰੇ ਲੋਕ ਆ ਜਿਹੜੇ ਕਹਿ ਰਹੇ ਵੀ ਸਾਡੀ ਕੰਧ 'ਤੇ ਬਣਾਓ, ਇੱਥੇ ਬਣਾ ਦਿਉ, ਪਰ ਇਹ ਆ ਵੀ ਥੋੜ੍ਹਾ ਜਿਵੇਂ ਬਜਟ ਦੀ ਆਪਣੀ ਸਮੱਸਿਆ ਹੁੰਦੀ ਹੈ, ਤਾਂ ਅਸੀਂ ਫਿਲਹਾਲ 10 ਪੇਂਟਿੰਗਸ ਹੀ ਬਣਾ ਰਹੇ ਹਾਂ। ਸਹਿਯੋਗ ਰਹਿੰਦਾ ਤਾਂ ਅਸੀਂ ਅਗਲੇ ਗੇੜ ਦੇ ਵਿੱਚ ਹੋਰ ਪੇਂਟਿੰਗਸ ਵੀ ਬਣਾਵਾਂਗੇ। ਕੰਧ ਚਿੱਤਰਨ ਰਾਹੀਂ ਕਿਤਾਬਾਂ ਦੀ ਮਹੱਤਤਾ ਦੱਸਦਿਆਂ ਮਹਾਨ ਕਵੀਆਂ ਅਤੇ ਲੇਖਕਾਂ ਦੀਆਂ ਕਵਿਤਾਵਾਂ ਅਤੇ ਲਿਖਤਾਂ ਲਿਖੀਆਂ ਗਈਆਂ ਹਨ। ਅਲੱਗ ਅਲੱਗ ਜਗ੍ਹਾ 'ਤੇ ਪਿੰਡ ਦੇ ਵਿੱਚ ਬਣਾ ਰਹੇ ਹਾਂ, ਪੂਰੇ ਪਿੰਡ ਨੂੰ ਅਸੀਂ ਜਿਵੇਂ ਫਿਰਨੀ ਆ ਜੀ ਉਵੇਂ ਕਵਰ ਕਰ ਰਹੇ ਹਾਂ। ਜਿਹੜੇ ਬੱਚੇ ਆ, ਨੌਜਵਾਨ ਆ, ਉਹ ਕਿਤਾਬਾਂ ਨਾਲ ਜੁੜਨ ਜੀ, ਅਤੇ ਪਿੰਡ ਦੇ ਵਿੱਚ ਲਾਇਬ੍ਰੇਰੀ ਆ, ਸਾਨੂੰ ਐਂ ਆ ਵੀ ਜਿਹੜੇ ਬੱਚੇ ਮੋਬਾਈਲਾਂ ਨਾਲ ਜੁੜੇ ਹੋਏ ਆ ਉਹ ਕਮ ਸੇ ਕਮ ਇਹਨਾਂ ਨੂੰ ਦੇਖ ਕੇ ਪੜ੍ਹ ਕੇ ਲਾਇਬ੍ਰੇਰੀ ਨਾਲ ਜੁੜਨ। ਕੰਧ ਚਿੱਤਰਾਂ ਵਿੱਚ ਬਾਬਾ ਨਜ਼ਮੀ ਦੀਆਂ ਕਵਿਤਾਵਾਂ, ਇਨਕਲਾਬੀ ਕਵੀ ਪਾਸ਼ ਦੇ ਕ੍ਰਾਂਤੀਕਾਰੀ ਸ਼ਬਦ, ਮੈਕਸਿਮ ਗੋਰਕੀ ਦੀਆਂ ਕਿਤਾਬਾਂ 'ਚ ਲਿਖੇ ਵਿਚਾਰਾਂ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕੰਧ ਚਿੱਤਰ ਸਾਰਿਆਂ ਨੂੰ ਆਪਣੇ ਵੱਲ ਖਿੱਚਦੇ ਹਨ। ਹਰ ਕੋਈ ਲਾਇਬ੍ਰੇਰੀ ਦੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਾ ਹੈ। ਲੋਕ ਆਉਣ ਵਾਲੇ ਜਿਹੜੀ ਛੋਟੀ ਜਨਰੇਸ਼ਨ ਆ ਉਹ ਮੋਬਾਈਲਾਂ ਨਾਲ ਵੱਧ ਜੁੜੀ ਪਈ ਆ, ਇਹਨਾਂ ਦਾ ਇਹ ਉਪਰਾਲਾ ਵੀ ਕਿਤਾਬਾਂ ਨਾਲ ਜੁੜਨ ਇੱਕ ਚੰਗਾ ਸੰਦੇਸ਼ ਜਾਊਗਾ। ਜੇ ਮਹਾਂਵਾਰੀ ਦੇ ਲੋਕ ਇੱਧਰ ਮੋਬਾਈਲਾਂ ਜਾਂ ਹੋਰ ਪਾਸੇ ਲੱਗੇ ਹੋਏ ਆ, ਹਾਂਜੀ ਸਾਡੇ ਪੇਂਟਿੰਗ ਕੋਈ 10-15 ਦੇ ਹੈਗੇ, 5-7 ਥਾਵਾਂ 'ਤੇ ਪੇਂਟਿੰਗ ਵਧੀਆ ਥਾਵਾਂ 'ਤੇ ਕਰ ਰਹੇ, ਅਸੀਂ ਇਹਨਾਂ ਨੂੰ ਆਪ ਕਿਹਾ ਜੀ ਪੇਂਟਿੰਗ ਕਰ ਲਓ, ਜਿਹੜੀ ਚੀਜ਼ ਮਰਜ਼ੀ ਬਣਾ ਲਓ। ਕੰਧ ਚਿੱਤਰਾਂ ਅਤੇ ਲਿਖਤਾਂ ਨੂੰ ਬਣਾਉਣ ਦਾ ਮੁੱਖ ਮੰਤਵ ਲੋਕਾਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ, ਕਿਤਾਬਾਂ ਵੱਲ ਮੋੜਨਾ ਹੈ। ਹੁਣ ਤੱਕ ਇਸ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਦੋਂ ਕਿ ਲੋਕ ਇੱਥੇ ਆ ਕੇ ਖੜ੍ਹਦੇ ਨੇ, ਜਿਵੇਂ ਕੋਈ ਇਹ ਪਾਸ ਦੀ ਪੇਂਟਿੰਗ ਬਣਾ ਰਹੇ ਸੀਗੇ, ਤਾਂ ਇੱਥੋਂ ਦੇ ਕੁਝ ਕੁ ਕਿਰਤੀ ਲੋਕ ਸੀਗੇ ਜਿਹੜੇ ਆਪਾਂ ਮੋਸਟਲੀ ਸਾਈਕਲ 'ਤੇ ਰਹਿੰਦੇ ਨੇਗੇ, ਉਹ ਵੀ ਆ ਕੇ ਕਵਿਤਾ ਪੜ੍ਹਦੇ ਸੀ ਅਤੇ ਕਈ ਵਾਰ ਸਵਾਲ ਵੀ ਕਰਦੇ ਸੀਗੇ। ਜਦੋਂ ਇੱਥੇ ਨੌਜਵਾਨ ਖੜ੍ਹਦੇ ਨੇ ਉਹ ਆਪਸ 'ਚ ਰੈਪ ਚਾਰ ਕਰਦੇ ਨੇ, ਤਾਂ ਉਹਨਾਂ ਵਾਸਤੇ ਇੱਕ ਉਹ ਮਾਹੌਲ ਸਿਰਜਿਆ ਜਾਂਦਾ, ਤਾਂ ਇਸ ਚੀਜ਼ ਤੋਂ ਅਟਰੈਕਟ ਹੋ ਕੇ ਉਹ ਕਿਤਾਬਾਂ ਵੱਲ ਜਾਣਗੇ, ਕਿਤਾਬਾਂ ਪੜ੍ਹਨਗੇ, ਤਾਂ ਉਹ ਇੱਕ ਯਾਨੀ ਕਿ ਵਧੀਆ ਦੇਣ ਹੈਗੀ ਇਹ ਚੀਜ਼ ਦੀ, ਇਹ ਹਰ ਇੱਕ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ। ਕਿਤਾਬਾਂ ਨੂੰ ਗਿਆਨ ਦਾ ਭੰਡਾਰ ਆਖਿਆ ਗਿਆ ਹੈ। ਕਿਤਾਬਾਂ ਦੀ ਚੇਟਕ ਲਗਾਉਣ ਲਈ ਪਿੰਡ ਦੀਵਾਨਾ ਲਾਇਬ੍ਰੇਰੀ ਦੇ ਪ੍ਰਬੰਧਕਾਂ ਵੱਲੋਂ ਕੰਧ ਚਿੱਤਰਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਵੱਲ ਖਿੱਚਣ ਦੀ ਇੱਕ ਕੋਸ਼ਿਸ਼ ਹੈ। ਇਹ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਸਭ ਤੋਂ ਚੰਗਾ ਉਪਰਾਲਾ ਕਿਹਾ ਜਾ ਸਕਦਾ ਹੈ। ਅੱਜ ਲੋੜ ਹੈ ਪਿੰਡ ਪਿੰਡ ਅਜਿਹੀਆਂ ਲਾਇਬ੍ਰੇਰੀਆਂ ਖੋਲ੍ਹ ਕੇ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਕਰਨ ਦੀ, ਤਾਂ ਜੋ ਨਵੀਂ ਪੀੜ੍ਹੀ ਕਿਤਾਬਾਂ ਨਾਲ ਜੁੜ ਕੇ ਆਪਣੇ ਸਾਹਿਤਕ, ਸੱਭਿਆਚਾਰ ਅਤੇ ਇਤਿਹਾਸ ਬਾਰੇ ਜਾਣੂ ਹੋ ਸਕੇ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.